ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੈਪਿੰਗ ਸਟੋਨਸ ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ 5 ਵਿੱਚ ਤੁਹਾਨੂੰ ਜੀ ਆਇਆਂ ਨੂੰ ਅਸੀਂ ਅੱਜ ਇੱਕ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਪਿਆਰੀ ਸਾਖੀ ਪੜਾਂਗੇ ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੋਲ ਸ਼ਾ ਨਾਲ ਮਿਲਪ ਇਹ ਸਾਖੀ ਮੈਂ ਸਨਸਟਿੰਗ ਮਸਕੀਨ ਜੀ ਦੀ ਕਹਾਣੀ ਸੁਣੀ ਤੇ ਉਹਦੇ ਆਧਾਰ ਤੇ ਲਿਖੀ ਅਰਬ ਦੇਸ਼ਾਂ ਵਿੱਚ ਇੱਕ ਦੇਸ਼ ਇਰਾਕ ਹੈ ਇਰਾਕ ਵਿੱਚ ਇੱਕ ਵੱਡਾ ਸ਼ਹਿਰ ਬਗਦਾਦ ਹੈ ਬਗਦਾਦ ਵਿੱਚ ਇੱਕ ਵੱਡਾ ਪੀਰ ਦਸਤਗੀਰ ਬਹਿਲੋਲ ਸ਼ਾ ਰੰਦਾ ਹੈ ਸੀ ਪੀਰ ਦਾ ਮਤਲਬ ਹੈ ਧਾਰਮਿਕ ਪੁਰਸ਼ ਦਸਤਗੀਰ ਦਾ ਮਤਲਬ ਹੈ ਜੋ ਦੂਸਰੀਆਂ ਦੀ ਮਦਦ ਕਰਦਾ ਹੋਵੇ ਭਲਾ ਪੁਰਸ਼ ਚੰਗਾ ਬੰਦਾ ਉਹ ਅਮੀਰ ਵੀ ਸੀ ਤੇ ਉਹ ਧਰਮ ਦਾ ਪੀਰ ਵੀ ਸੀ ਉਹ ਜਿਵੇਂ ਬਗਦਾਦ ਦਾ ਰਾਜਾ ਸੀ ਉਸਨੇ ਰਾਗ ਵਿੱਚ ਗੀਤ ਗਾਉਣ ਦੀ ਮਨਾਹੀ ਕੀਤੀ ਹੋਈ ਸੀ ਕਿਉਂਕਿ ਇਹ ਰੀਤ इस्लाम ਦੇ ਖਿਲਾਫ ਹੈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਜਿਹਨਾਂ ਉਦਾਸੀਆਂ ਆਰ ਲੌਂਗ ਟਰੈਵਲਸ ਰਾਈਟ ਇੱਕ ਉਦਾਸੀ ਅਰਬ ਦੇਸ਼ਾਂ ਦੀ ਸੀ ইরাਕ ਦੇਸ਼ ਦੇ ਸ਼ਹਿਰ ਬਗਦਾਦ ਗਏ ਸ਼ਹਿਰ ਤੋਂ ਬਾਹਰ ਬੈਠ ਗਏ ਭਾਈ ਮਰਦਾਨੇ ਨੇ ਰਬਾਬ ਛੇੜੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਸ-ਪਾਸੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਗੁਰੂ ਜੀ ਨੂੰ ਗੰਦੇ ਸੁਣਿਆ ਉਨਨ ਗੁੱਸਾ ਚੜ ਗਿਆ ਪੀਰ ਦਸਤਗੀਰ ਕੋਲ ਸ਼ਿਕਾਇਤ ਕੀਤੀ ਕਿ ਇੱਕ ਹਿੰਦੀ ਫਕੀਰ ਸਤ ਕਰਤਾਰ ਦੀ ਬਾੰਗ ਦਿੰਦਾ ਹੈ ਅਤਿ ਰਾਗ ਵਿੱਚ ਗਾਉਂਦਾ ਹੈ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਉਹ ਤਖਤ ਤੇ ਬੈਠਾ ਸੀ ਤੇ ਗੁਰੂ ਜੀ ਉਸ ਦੇ ਸਾਹਮਣੇ ਖੜੇ ਸਨ ਉਸ ਨੇ ਗੁਰੂ ਜੀ ਨੂੰ ਦੇਖਿਆ ਉਸ ਨੂੰ ਗੁਰੂ ਜੀ ਵਿੱਚ ਰੋਹਾਨੀ ਨੂਰ ਦਿਸਿਆ ਪਰ ਉਸ ਨੇ ਲੋਕਾਂ ਦੀ ਸ਼ਿਕਾਇਤ ਵੀ ਪੂਰੀ ਕਰਨੀ ਸੀ ਗੁਰੂ ਜੀ ਨੂੰ ਦੇਖ ਕੇ ਕਹਿੰਦਾ ਐ ਹਿੰਦੀ ਪੀਰ ਮੈਂ ਸੁਣਿਆ ਹੈ ਕਿ ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਊਲ ਜਲੂਲ ਬੋਲਦੇ ਹੋ ਸਤ ਕਰਤਾਰ ਦੀ ਬਾੰਗ ਦਿੰਦੇ ਹੋ ਰਾਗ ਵਿੱਚ ਗਾਉਂਦੇ ਹੋ ਰਾਗ ਵਿੱਚ ਗਾਉਣਾ ਇਸਲਾਮ ਦੇ ਖਿਲਾਫ ਹੈ ਅਤੇ ਇਸ ਦੀ ਸਜ਼ਾ ਸੰਸਾਰ ਹੈ ਪਰ ਤੁਸੀਂ ਰੱਬ ਦੇ ਫਕੀਰ ਲੱਗਦੇ ਹੋ ਮੇਰੇ ਮਨ ਵਿੱਚ ਕੁਝ ਸਵਾਲ ਹਨ ਜੇਕਰ ਤੁਸੀਂ ਉਹਨਾਂ ਦੇ ਠੀਕ ਜਵਾਬ ਦੇ ਸਕੋਗੇ ਤਾਂ ਮੈਂ ਆਪਣਾ ਸੇਸ ਤੁਹਾਡੇ ਪੈਰਾਂ ਤੇ ਰੱਖ ਦਿਆਂਗਾ ਤੇ ਜੇਕਰ ਤੁਹਾਡੇ ਜਵਾਬ ਠੀਕ ਨਾ ਹੋਏ ਤਾਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਦੇਾਂਗੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੀਰ ਦਸਤਗੀਰ ਅਸੀਂ ਤੇਰੀ ਸਜ਼ਾ ਤੋਂ ਨਹੀਂ ਡਰਦੇ ਅਸੀਂ ਤਾਂ ਕਰੋ ਸਵਾਲਾਂ ਦੇ ਜਵਾਬ ਦੇਣ ਲਈ ਹੀ ਨਿਕਲੇ ਹਾਂ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ ਪੀਰ ਜੀ ਸੰਗੀਤ ਤਾਂ ਰੱਬ ਦੇ ਨਾਮ ਨੂੰ ਰੱਬ ਦੀ ਉਸਤਤ ਨੂੰ ਸਾਡੇ ਦਿਲਾਂ ਵਿੱਚ ਉਤਾਰ ਸਕਦਾ ਹੈ ਸਾਰੇ ਕੁਦਰਤ ਵਿੱਚ ਸੰਗੀਤ ਚੱਲ ਰਿਹਾ ਹੈ ਅਤੇ ਸਾਨੂੰ ਹਵਾ ਵਿੱਚੋਂ ਪਾਣੀ ਦੇ ਚਰਨੇ ਵਿੱਚੋਂ ਸ਼ਹਿਦ ਦੀ ਮੱਖੀ ਦੀ ਪਿੰਪਨਾਹਟ ਵਿੱਚੋਂ ਸੁਣਦਾ ਹੈ ਜਦ ਵੀ ਮਨ ਸ਼ਾਂਤ ਤੇ ਖੁਸ਼ ਹੁੰਦਾ ਹੈ ਸਾਡੇ ਗਲੇ ਵਿੱਚੋਂ ਸੰਗੀਤ ਨਿਕਲਦਾ ਹੈ ਸੰਗੀਤ ਤਾਂ ਕੁਦਰਤ ਦਾ ਰੋਹਾਨੀ ਤੋਹਫਾ ਹੈ ਗੁਰੂ ਜੀ ਦੇ ਬਚਨ ਪੀਰ ਨੂੰ ਚੰਗੇ ਲੱਗੇ ਜੋ ਲੋਕ ਉਹਨਾਂ ਨੂੰ ਪੱਥਰ ਮਾਰਨ ਆਏ ਸਨ ਉਹ ਵੀ ਚੁੱਪ ਕਰਕੇ ਬੈਠ ਗਏ ਅਤੇ ਗੁਰੂ ਜੀ ਦੇ ਕੋਲ ਹੀ ਚੁੱਪ ਕਰ ਗਏ ਅਤੇ ਗੁਰੂ ਜੀ ਦੇ ਕੋਲ ਹੀ ਬੈਠ ਗਏ ਸੋ ਇਸ ਅਸੇ ਦੇ ਵਿੱਚ 442 ਸ਼ਬਦ ਨੇ ਟੋਟਲ ਜੇ ਤੁਸੀਂ 70 80 ਸ਼ਬਦ ਪੜ ਸਕਦੇ ਹੋ ਤਾਂ ਤੁਹਾਨੂੰ ਇਹ ਪੜਨ ਵਾਸਤੇ 5 6 ਮਿੰਟ ਲੱਗਣੇ ਚਾਹੀਦੇ ਨੇ ਠੀਕ ਹੈ ਹੁਣ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿੰਨੇ ਆ ਤੇ ਫਿਰ ਤੁਹਾਨੂੰ ਮੈਂ ਹੋਮਵਰਕ ਐਕਸਪਲੇਨ ਕਰਾਂਗੀ ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੂਲ ਸ਼ਾ ਨਾਲ ਮਿਲਾਬ ਇਸ ਕਹਾਣੀ ਦੇ ਵਿੱਚੋਂ ਅਸੀਂ ਇਹ ਪ੍ਰਸ਼ਨਾਂ ਦੇ ਉੱਤਰ ਦੇਾਂਗੇ ਹੇਠਾਂ ਖਾਲੀ ਥਾਂਾਂ ਵਿੱਚ ਠੀਕ ਸ਼ਬਦ ਭਰੋ ਸੋ ਇਹ ਐਕਟੀਵਿਟੀ ਕਰਨ ਵਾਸਤੇ ਤੁਸੀਂ ਸਾਖੀ ਯਾਦ ਵੀ ਕਰ ਸਕਦੇ ਹੋ ਪਰ ਤੁਸੀਂ ਪਿੱਛੇ ਜਾ ਕੇ ਦੁਬਾਰਾ ਪੜ੍ਹ ਵੀ ਸਕਦੇ ਹੋ ਗੁਰੂ ਨਾਨਕ ਦੇਵ ਜੀ ਕਿਹੜੇ ਦੇਸ਼ ਤੇ ਸ਼ਹਿਰ ਕਿਹੜੇ ਸ਼ਹਿਰ ਵਿੱਚ ਗਏ ਉੱਥੇ ਉਹ ਸ਼ਹਿਰ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਬੈਠ ਕੇ ਨਾਲ ਉਹਨਾਂ ਦੇ ਨਾਲ ਕੌਣ ਸੀ ਗੁਰੂ ਨਾਨਕ ਦੇਵ ਜੀ ਨੇ ਭਾਈ ਕਿਸ ਭਾਈ ਨਾਲ ਮਿਲ ਕੇ ਕੀ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਇਹ ਸਾਰੇ ਆਨਸਰ ਤੁਸੀਂ ਜਦੋਂ ਪਿੱਛੇ ਜਾਓਗੇ ਤਾਂ ਇੱਥੇ ਲਿਖੇ ਹੋਏ ਨੇ ਠੀਕ ਹੈ ਉਮ ਇਰਾਕ ਦੇਸੀ ਠੀਕ ਹੈ ਪਾਈ ਮਰਦਾਨਾ ਸੀ ਤੇ ਕੀਰਤਨ ਕਰ ਰਹੀ ਸੀ ਉੱਥੇ ਬੈਠ ਕੇ ਸੀ ਰਾਈਟ ਉਹ ਸਾਰੇ ਸ਼ਬਦ ਤੁਸੀਂ ਲੱਭੋਗੇ تھے ਹੇਠਾਂ ਲਿਖੇ ਫਿਕਰਿਆਂ ਦੇ ਮਤਲਬ ਲਿਖੋ ਪੈਰਾਂ ਤੇ ਸੀਸ ਰੱਖਣਾ ਜਦੋਂ ਤੁਸੀਂ ਪੈਰਾਂ ਤੇ ਸੀਸ ਰੱਖਦੇ ਤਾਂ ਮੱਥਾ ਟੇਕਦੇ ਹੋ ਤੁਸੀਂ ਰਾਈਟ ਪਲਾਪੁਰਸ਼ ਪਲਾ ਪੁਰਸ਼ ਕੋਨ ਹੁੰਦਾ ਚੰਗਾ ਆਦਮੀ ਬਾੰਗ ਦੇਣਾ ਜਦੋਂ ਮੁਸਲਮਾਨ ਬਾੰਗ ਦਿੰਦੇ ਹੁੰਦੇ ਸੀ ਉਹ ਅਨਾਉਂਸਮੈਂਟ ਕਰਦੇ ਸੀ ਰੱਬ ਦਾ ਫਕੀਰ ਰਾਈਟ ਸੋ ਐਂਡ ਸਬਦਾਂ ਦੇ ਤੁਸੀਂ મત ਰੱਬ ਦਾ ਫਕੀਰ ਮੈਂ ਜਿਸ ਰੱਬ ਦਾ ਬੰਦਾ ਰੱਬ ਨੂੰ ਪੂਜਣ ਵਾਲਾ ਮਨ ਵਿੱਚ ਸਵਾਲ ਕੁਐਸਚਨਸ ਇਨ ਮਾਈਂਡ ਹਿੰਦੀ ਪੀਰ ਪੀਰ ਫਰਮ ਇੰਡੀਆ অর ਹਿੰਦੁਸਤਾਨ ਇਹ ਚਲਨੇ ਕੇ ਸ਼ਬਦਾਂ ਨੂੰ ਵਾਕ ਵਿੱਚ ਵਰਤੋ ਉਲ ਜਲੂਲ ਉਲਜਲੂ ਇਸ ਲਾਈਕ ਸਿਲੀ ਟਾਕ ਰਾਈਟ ਉਹਨੂੰ ਤੁਸੀਂ ਕਿਵੇਂ ਸ਼ਬਦਾਂ ਚ ਵਰਤੋਗੇ ਮੇਰਾ ਛੋਟਾ ਬੇਬੀ ਭਰਾ ਬੜਾ ਉਲਜਲੂ ਬੋਲਦਾ ਰਾਈਟ ਮਨਾਹੀ ਸਾਨੂੰ ਵਾਲ ਕੱਟਣ ਦੀ ਮਨਾਹੀ ਹੈ ਸਾਨੂੰ ਸ਼ਰਾਬ ਪੀਣ ਦੀ ਮਨਾਹੀ ਹੈ ਖਿਲਾਫ ਆਪੋਜ਼ਿਟ ਕਿਹੜੀਆਂ ਚੀਜ਼ਾਂ ਸਿੱਖ ਧਰਮ ਦੇ ਖਿਲਾਫ ਨੇ ਰਾਈਟ ਕੁੱਤਾ ਖਾਣਾ ਘਰ ਦਾ ਕੰਮ ਇਹਨਾਂ ਲਈ ਕਿ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ। ਬਗਦਾਦ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਕੀ ਸ਼ਿਕਾਇਤ ਕੀਤੀ ਸੀ ਕਿ ਇਹ ਰਾਗ ਦੇ ਵਿੱਚ ਗਾਣੇ ਗੰਦ ਹੈ ਠੀਕ ਹੈ। ਦਸਤਗੀਰ ਸ਼ਬਦ ਦਾ ਕੀ ਮਤਲਬ ਹੈ ਜਿਹੜਾ ਦੂਸਰਿਆਂ ਦੀ ਮਦਦ ਕਰਦਾ ਹੈ। ਪੀਰ ਦਸਤਗੀਰ ਦਾ ਪੂਰਾ ਨਾਂ ਕੀ ਸੀ ਅਤੇ ਉਹ ਕਿੱਥੇ ਰਹਿੰਦਾ ਸੀ? ਪੀਰ ਦਸਤਗੀਰ ਰਾਗ ਗਾਉਣ ਵਾਲੇ ਨੂੰ ਕੀ ਸਜ਼ਾ ਦਿੰਦਾ ਸੀ? ਰਿਮੈਂਬਰ ਕੀ ਸ਼ਬਦ ਦਾ ਨਾਂ ਲਿਆ ਸੀ ਉਹਨਾਂ ਨੇ ਸੰਸਾਰ। ਸੰਸਾਰ ਦੀ ਸਜ਼ਾ ਦਿੰਦਾ ਸੀ। ਪੀਰ ਦਸਤਗੀਰ ਨੇ ਗੁਰੂ ਜੀ ਨੂੰ ਸੰਸਾਰ ਦੀ ਸਜ਼ਾ ਕਿਉਂ ਨਹੀਂ ਦਿੱਤੀ ਕਿਉਂਕਿ ਉਹਨੂੰ ਗੁਰੂ ਜੀ ਦੇ ਬੋਲ ਚੰਗੇ ਲੱਗੇ ਰਾਈਟ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਕੀ ਕਰਨ ਲਈ ਕਿਹਾ ਉਹ ਕਹਿੰਦਾ ਸੀ ਮੇਰੇ ਕੋਈ ਪ੍ਰਸ਼ਨ ਪ੍ਰਸ਼ਨ ਨੇ ਮੇਰੇ ਮਨ ਦੇ ਵਿੱਚ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦਿਓ ਸੰਗਸਾਰ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਸੀ ਯੂ ਰਿਮੈਂਬਰ ਉਹਨਾਂ ਨੇ ਕਿ ਆਸੀਂ ਕਹੇ ਜੇ ਤੁਸੀਂ ਮੇਰੇ ਠੀਕ ਜਵਾਬ ਨਹੀਂ ਦਿਓਗੇ ਤਾਂ ਤੁਹਾਨੂੰ ਪੱਥਰ ਮਾਰ ਮਾਰ ਕੇ ਮਾਰ ਦੇਾਂਗੇ ਸੋ ਇਸ ਤਰ੍ਹਾਂ ਪੱਥਰ ਮਾਰ ਮਾਰ ਕੇ ਸੰਗਸਾਰ ਦੀ ਸਜ਼ਾ ਦਿੱਤੀ ਜਾਂਦੀ ਸੀ ਫਿਰ ਤੁਸੀਂ ਐ ਸੈਂਟੈਂਸ ਕੰਪਲੀਟ ਕਰਕੇ ਫਿਰ ਇਹਨਾਂ ਨੂੰ ਕਾਪੀ ਕਰੋਗੇ ਤੇ ਇਹਦੇ ਨਾਲ ਤੁਹਾਨੂੰ ਥੋੜੀ ਲਿਖਣੀ ਵੀ ਬੈਟਰ ਆ ਜਾਏਗੀ ਪੜ੍ਹਨੀ ਵੀ ਬੈਟਰ ਆ ਜਾਏਗੀ ਪੰਜਾਬੀ ਐਂਡ ਥੈਟ ਇਜ਼ आवर ਗੋਲ ਰਾਈਟ ਸੋ ਥੈਂਕ ਯੂ ਫॉर ਵਰਕਿੰਗ ਵਿਦ ਮੀ ਤੇ ਹੋਪਫੁਲੀ ਯੂ ਵਿਲ ਕੰਟੀਨਿਊ ਪ੍ਰੈਕਟਿਸਿੰਗ ਐਂਡ ਆਈ ਵਿਲ ਸੀ ਯੂ ਇਨ ਦ ਨੈਕਸਟ ਲੈਸਨ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ